biggest South Asian media group, Y Media. ਇੰਡੀਆ ਔਰ ਰਸ਼ੀਆ ਦੇ ਵਿੱਚ ਜਿੱਥੇ ਸਟਰੋਂਗ ਟਾਈਜ਼ ਹੋਣਗੀਆਂ, ਡਿਫੈਂਸ ਟਾਈਜ਼, ਇਕਨੋਮਿਕ ਟਾਈਜ਼, ਹੋਰ ਬਹੁਤ ਸਾਰੇ ਮੁੱਦਿਆਂ ਦੇ ਉੱਤੇ, ਸਿਕਿਉਰਿਟੀ ਇਸ਼ੂਜ਼ ਦੇ ਉੱਤੇ ਵੀ ਜਿਹੜੀ ਗੱਲਬਾਤ ਹੋਏਗੀ, ਲੇਕਿਨ ਇਸ ਦਰਮਿਆਨ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਚ ਅਸੀਂ ਤੁਹਾਡੇ ਲਈ ਪੇਸ਼ ਕਰਾਂਗੇ ਕਿ ਅਮਰੀਕਾ ਜਾਂ ਹੋਰ ਬਹੁਤ ਸਾਰੇ ਜਿਹੜੇ US ਦੇ ਐਲਾਈਜ਼ ਨੇ, ਵੈਸਟਰਨ ਵਰਲਡ ਹੈਗਾ, ਯੂਰਪ ਦੇ ਵਿੱਚ, ਜਾਂ ਈਵਨ ਸਾਡੇ ਇੱਥੇ ਕੈਨੇਡਾ ਦੇ ਵਿੱਚ ਵੀ ਸਵਾਲ ਬਰਕਰਾਰ ਨੇ ਕਿ ਜਿੱਥੇ ਇੱਕ ਤਰਫ਼ ਰਸ਼ੀਆ ਔਰ ਯੂਕਰੇਨ ਦੀ ਜੰਗ ਹੈ, ਨੈਟੋ ਸਮਿਟ ਚੱਲ ਰਿਹਾ, ਇਹ ਬੜਾ ਇੰਪੋਰਟੈਂਟ ਚੀਜ਼ ਹੈ, ਨੈਟੋ ਸਮਿਟ ਹੋ ਰਿਹਾ ਹੈਗਾ 9 ਤੋਂ 11 ਜੁਲਾਈ, ਔਰ ਇਸੇ ਦਰਮਿਆਨ ਜਦੋਂ ਨੈਟੋ ਸਮਿਟ ਦੇ ਉੱਤੇ ਨੰਬਰ ਵਨ ਮੁੱਦਾ ਯੂਕਰੇਨ ਰਸ਼ੀਆ ਦੀ ਜੰਗ, ਔਰ ਜ਼ਿਆਦਾਤਰ ਨੈਟੋ ਦੇ ਜਿਹੜੇ ਐਲਾਈਜ਼ ਨੇ ਉਹ ਸਾਰੇ ਦੇ ਸਾਰੇ ਯੂਕਰੇਨ ਨੂੰ ਸਪੋਰਟ ਕਰ ਰਹੇ ਨੇ, ਇੰਡੀਆ ਰਸ਼ੀਆ ਦੇ ਕੋਲ ਪਹੁੰਚ ਗਿਆ, ਸੋ ਇਹਦੇ ਨਾਲ ਅਸੀਂ ਵਾਈ ਮੀਡੀਆ ਤੇ ਲਗਾਤਾਰ ਗੱਲ ਕਰ ਰਹੇ ਹਾਂ ਕਿ ਬਹੁਤ ਦੂਰ ਤੱਕ ਬਹੁਤ ਦੇਰ ਤੱਕ ਚੈਲੰਜਸ ਜਿਹੜੇ ਨੇ ਇੰਡੀਆ ਵਾਸਤੇ ਵੱਧ ਸਕਦੇ ਨੇ, ਬਟ ਕਿਆ ਇੰਡੀਆ ਇਹਨਾਂ ਚੈਲੰਜਸ ਲਈ, ਇੰਡੀਆ ਲਈ ਵਧੀਆ ਸਾਬਿਤ ਹੋਣਗੇ, ਕੀ ਹੋਏਗਾ, ਇੰਡੀਆ ਦੀ ਆਪਣੀ ਪਾਲਿਸੀ ਹੈ, ਇੰਡੀਆ ਕਹਿ ਰਿਹਾ ਕਿ ਅਸੀਂ ਇੱਕ ਤਰਫ ਨਹੀਂ ਜਾਣਾ, ਇਹਦੇ ਉੱਤੇ ਐਨਾਲਿਸਿਸ ਜਿਹੜਾ ਤੁਹਾਡੇ ਲਈ ਬੜੀ ਡਿਟੇਲ ਦੇ ਵਿੱਚ ਅਸੀਂ ਪੇਸ਼ ਕਰਾਂਗੇ। ਔਰ ਜੇ ਅਸੀਂ ਗੱਲ ਕਰੀਏ ਇੰਡੀਆ ਦੇ ਵਿੱਚ, ਤੇ ਕਾਂਗਰਸ ਨੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ। ਕਾਂਗਰਸ ਲੀਡਰ ਜੈਰਾਮ ਰਮੇਸ਼, ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵਾਸਤੇ ਔਰ ਭਾਰਤ ਦੀਆਂ ਪਾਲਿਸੀਜ਼ ਵਾਸਤੇ ਖੁਦ ਕਾਂਗਰਸ ਨੇ ਹੀ ਇੰਡੀਆ ਦੇ ਵਿੱਚ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਨੇ। ਪੁਟਿਨ ਔਰ ਨਾਨ ਬਾਇਓਲੋਜੀਕਲ ਪ੍ਰਧਾਨ ਮੰਤਰੀ ਕੇ ਬੀਚ ਮੇ 10 ਸਾਲ ਮੇ ਸਿਰਫ 11 ਬਾਰ ਮੁਲਾਕਾਤ ਹੋਈ ਹੈ, ਕਿਆ ਕੁਛ ਵਾਤਾਵਰਣ ਠੰਡਾ ਹੋਇਆ ਹੈ ਪੁਟਿਨ ਔਰ ਮੋਦੀ ਕੇ ਬੀਚ ਮੇ? ਯੇ ਭਯੰਕਰ ਵਿਆਪਾਰ ਅਸੰਤੁਲਨ ਹੈ, ਵਿਆਪਾਰ ਘਾਟਾ ਹੈ, ਇਸਕੋ ਹਮ ਸੰਭਾਲ ਨਹੀਂ ਪਾਏਂਗੇ। 50 ਯੁਵਾ ਭਾਰਤ ਕੇ ਰੂਸ ਕੇ ਸੇਨਾ ਮੇ ਭਰਤੀ ਹੋਏ ਹੈ, ਯਾਨੀ ਕਿ ਯਹਾਂ ਵੀ ਅਗਨੀਵੀਰ ਵਹਾਂ ਵੀ ਅਗਨੀਵੀਰ, ਦੋ ਲੋਕੋਂ ਕੀ ਮੌਤ ਹੋਈ ਹੈ, ਦੋ ਯੁਵਾਓਂ ਕੀ ਮੌਤ ਹੋਈ ਹੈ। ਪਾਪਾ ਜੋ ਯੂਕਰੇਨ ਕੇ ਵਾਰ ਰੁਕਾਏ ਥੇ, ਦਾਵਾ ਕੀਆ ਥਾ ਕਿ ਉਨ੍ਹੋਂਨੇ ਯੂਕਰੇਨ ਮੇ ਯੁੱਧ ਰੋਕਾ ਥਾ, ਵੋ ਵਾਪਸ ਮਾਸਕੋ ਜਾ ਰਹੇ ਹੈ। ਦੇਖੀਏ, ਹਮਨੇ ਆਜ ਉਨਸੇ 3 ਸਵਾਲ ਪੁੱਛੇ। ਏਕ ਸਵਾਲ ਤੋ ਯੇ ਪੁੱਛਾ ਹੈ ਕਿ ਦੇਖੀਏ, ਮਨਮੋਹਨ ਸਿੰਘ ਜੀ ਔਰ ਪੁਟਿਨ ਔਰ ਜੋ ਵਹਾਂ ਕੇ ਪ੍ਰਧਾਨ ਮੰਤਰੀ ਹੈ ਦਿਮਿਤਰੀ ਮੇਡਵੇਡੇਵ, ਉਨਕੇ ਬੀਚ ਮੇ ਉਨਕੇ 10 ਸਾਲ ਕੇ ਕਾਰਜਕਾਲ ਮੇ 16 ਬਾਰ ਉਨ ਦੋਨੋ ਕੇ ਬੀਚ ਮੇ ਮੁਲਾਕਾਤ ਹੋਈ ਹੈ, ਔਰ ਪੁਟਿਨ ਔਰ ਨਾਨ ਬਾਇਓਲੋਜੀਕਲ ਪ੍ਰਧਾਨ ਮੰਤਰੀ ਕੇ ਬੀਚ ਮੇ 10 ਸਾਲ ਮੇ ਸਿਰਫ 11 ਬਾਰ ਮੁਲਾਕਾਤ ਹੋਈ ਹੈ, ਕਿਆ ਕੁਛ ਵਾਤਾਵਰਣ ਠੰਡਾ ਹੋਇਆ ਹੈ ਪੁਟਿਨ? ਜਿੱਥੇ ਕਾਂਗਰਸ ਪਾਰਟੀ ਵੱਲੋਂ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਨੇ, ਉੱਥੇ ਬੀਜੇਪੀ ਜਿਹੜੀ ਹੈਗੀ ਆ ਉਹ ਰਾਹੁਲ ਗਾਂਧੀ ਸਾਹਿਬ ਲਈ ਔਰ ਅਖਿਲੇਸ਼ ਯਾਦਵ ਸਾਹਿਬ ਦੇ ਅਲਾਇੰਸ ਦੇ ਉੱਤੇ ਜਿਹੜੇ ਨੇ ਉਹ ਸਵਾਲ ਖੜੇ ਕਰ ਰਹੀ ਹੈ। ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ, ਵਾਈ ਮੀਡੀਆ।